ਇਸ ਇੱਕ ਬਿਹੇਵਿਕ ਹੋਏ ਦਾ ਮਾਮਲਾ ਸਾਹਮਣੇ ਕੀ ਮੰਗਦਾ ਹੈ। ਇਹ ਜਿਹੜਾ ਹੈਗਾ ਸਾਨੂੰ ਇੱਕ ਕੱਲ੍ਹ ਇਨਫੋਰਮੇਸ਼ਨ ਮਿਲੀ ਸੀ ਵੀ DAV ਕਾਲਜ 'ਚ ਜਿਹੜਾ ਹੈਗਾ ਬਾਹਰੋਂ ਜਿਹੜਾ ਹੈਗਾ ਮੁੰਡੇ ਜਿਹੜੇ ਆ ਕੇ ਹੁੱਲੜਬਾਜ਼ੀ ਕੀਤੀ ਹੈਗੀ ਹੈ, ਜਿਸ 'ਤੇ ਜਿਹੜਾ ਹੈਗਾ ਪ੍ਰਿੰਸੀਪਲ ਜਿਹੜੇ ਹੈਗੇ DAV ਕਾਲਜ ਦੇ ਰਾਜੀਵ ਕੁਮਾਰ ਜੀ, ਉਹਨਾਂ ਦੇ ਜਿਹੜਾ ਹੈਗਾ ਸਟੇਟਮੈਂਟ 'ਤੇ ਅਸੀਂ ਜਿਹੜਾ ਹੈਗਾ ਤੁਰੰਤ ਜਿਹੜੀ FIR 137 ਨੰਬਰ ਅੰਡਰ ਸੈਕਸ਼ਨ 331 ਸਬ ਕਲੋਸ 5, 191 ਸਬ ਕਲੋਸ 3 ਅਤੇ 190 BNS ਤਹਿਤ ਦਰਜ ਰਜਿਸਟਰ ਕਰਕੇ ਅਸੀਂ ਜਿਹੜਾ ਹੈਗਾ ਦੋ ਜਣਿਆਂ ਨੂੰ ਰਾਊਂਡ ਅਪ ਕਰ ਲਿਆ ਸੀ ਅਤੇ ਇਸ 'ਚ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਲਿਆ ਸੀ ਅਤੇ ਇਸ ਤੋਂ ਬਿਨਾਂ ਹੋਰ ਦੋ ਜਿਹੜੇ ਹੈਗੇ ਅਸੀਂ ਅੱਜ ਰਾਊਂਡ ਅਪ ਕਰ ਲਏ। ਇਹ ਸਾਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਵੀ ਕੋਈ ਜਿਹੜੇ ਹੈਗੇ ਆ ਮੁੰਡੇ ਕਾਲਜ 'ਚ ਜਿਹੜਾ ਹੈਗਾ ਆਪਦੇ ਪੋਸਟਰ ਲਾ ਕੇ ਅਤੇ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਪ੍ਰਧਾਨ ਜਿਹੜਾ ਹੈਗਾ ਵੀ ਕਾਲਜ ਦਾ ਬਣਾਉਣਾ ਜਿਹੜਾ ਹੈਗਾ ਬਣਾਉਂਦੇ ਆ, ਉਸ ਦੇ ਤਹਿਤ ਜਿਹੜਾ ਸਾਡੇ ਵੱਲੋਂ ਪਹਿਲਾਂ ਵੀ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਤਹਿਤ ਜਿਹੜਾ ਹੈਗਾ 6-7 ਜਣਿਆਂ ਨੂੰ ਰਾਊਂਡ ਅਪ ਕੀਤਾ ਗਿਆ ਸੀਗਾ ਵੀ ਜਿਹੜਾ ਗਰੁੱਪ 'ਚ ਜਿਹੜਾ ਇਹਨਾਂ ਦੀ ਕੋਈ ਲੜਾਈ ਜਿਹੜਾ ਤਕਰਾਰਬਾਜ਼ੀ ਨਾ ਹੋ ਜਾਵੇ, ਜਿਸ ਦੇ ਤਹਿਤ ਇਹ ਵੀ ਕੱਲ੍ਹ ਵੀ ਇਹ ਜਿਹੜਾ ਹੈਗਾ ਮੁੰਡਿਆਂ ਵੱਲੋਂ ਆ ਜਿਹੜਾ ਪੋਸਟਰ ਲਗਾਉਣ ਪੋਸਟਰ ਲਾਉਣ ਵਾਸਤੇ ਉੱਥੇ ਆਏ ਸੀਗੇ ਅਤੇ ਉੱਥੇ ਇਹਨਾਂ ਵੱਲੋਂ ਜਿਹੜੀ ਹੈਗੀ ਹੈ ਹੁੱਲੜਬਾਜ਼ੀ ਕੀਤੀ ਗਈ ਸੀ। ਇਹਨਾਂ ਕੋਲ ਜਿਹੜਾ ਹੈਗਾ ਰੌੜਾ ਵਗੈਰਾ ਸੀਗੇ, ਰੌੜਾ ਡਾਂਗਾ ਵਗੈਰਾ ਸੀਗੀਆਂ ਇਹਨਾਂ ਕੋਲ। ਇਹ 'ਚ ਜਿਹੜੇ ਹੈਗੇ 4 ਵਿਅਕਤੀ ਹੁਣ ਤੱਕ ਜਿਹੜੇ ਹੈਗੇ ਸਾਡੇ ਵੱਲੋਂ ਅਰੈਸਟ ਕੀਤੇ ਜਾ ਚੁੱਕੇ ਅਤੇ ਬਾਕੀਆਂ ਲਈ ਜਿਹੜੇ ਹੈਗੇ ਸਾਡੇ ਵੱਲੋਂ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ। ਇਹ ਜਿਹੜਾ ਹੈਗਾ ਬਾਈ ਨੇਮ ਜਿਹੜਾ ਹੈਗਾ 4 ਬੰਦਿਆਂ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ, ਬਾਕੀ ਜਿਹੜੇ ਹੈਗੇ ਅਣਪਛਾਤੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਜਿਹੜਾ ਹੈਗਾ ਟਰੇਸ ਕਰਕੇ ਅਤੇ ਗ੍ਰਿਫਤਾਰ ਕਰ ਰਹੇ ਹਾਂ।